ਦਿਲਬਾ ਇਲਾਕੇ ਵਿੱਚ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਹਿਰਾ ਗਾਗਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਭੂਸ਼ਣ ਗੋਇਲ ਖੁਲਾਸਾ ਕਰਦੇ ਨਜ਼ਰ ਆ ਰਹੇ ਨੇ ਕਿ ਉਹ ਕਿਸੇ ਬਦਲੀ ਦੇ ਸਿਲਸਿਲੇ ਵਿੱਚ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਕੋਲ ਗਏ ਸਨ, ਪਰ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ। ਵੀਡੀਓ ਵਿੱਚ ਭੂਸ਼ਣ ਗੋਇਲ ਨੇ ਵੀ ਕਿਹਾ ਕਿ ਵਿਜੇਂਦਰ ਸਿੰਗਲਾ ਸਰਕਾਰ ਤੇ ਭਾਰ ਹੈ ਤੇ ਪਾਰਟੀ ਵਿੱਚ ਕਿਸੇ ਦੀ ਵੀ ਸੁਣਵਾਈ ਨਹੀਂ ਹੋ ਰਹੀ। ਭੂਸ਼ਣ ਗੋਇਲ ਇੱਥੇ ਹੀ ਨਹੀਂ ਰੁਕੇ, ਉਹਨਾਂ ਵਿਜੇਂਦਰ ਸਿੰਗਲਾ ਦੇ ਪਿਤਾ ਸੰਤ ਰਾਮ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹਨਾਂ ਦਾ ਵੀ ਇਹੀ ਕੰਮ ਸੀ, ਉਹ ਵੀ ਲੋਕਾਂ ਦਾ ਕੰਮ ਨਹੀਂ ਸੀ ਕਰਵਾ ਸਕਦੇ। ਤੁਸੀਂ ਵੀ ਵੇਖੋ ਉਹ ਵਾਇਰਲ ਵੀਡੀਓ। ਮੈਂ ਭੂਸ਼ਣ ਕੁਮਾਰ ਗੋਇਲ, ਸਾਬਕਾ ਪ੍ਰਧਾਨ ਨਗਰ ਕੌਂਸਲ ਲਹਿਰਾ ਗਾਗਾ, ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸਾਬਕਾ ਜਥੇਬੰਦਕ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਅਸੀਂ ਮੈਂ ਪ੍ਰਧਾਨ ਦੇ ਤੌਰ 'ਤੇ ਜਿੱਥੇ ਵੀ ਜਾਂਦਾ, ਪਰਸੋਂ ਮੈਂ ਸ਼੍ਰੀ ਵਿਜੇਂਦਰ ਸਿੰਗਲਾ ਦੇ ਨਿਵਾਸ 'ਤੇ ਰੈਸਟ ਹਾਊਸ 'ਚ ਮਿਲਿਆ। ਮੈਂ ਇੱਕ ਬਦਲੀ ਦੇ ਸੰਬੰਧ 'ਚ ਉਹਨਾਂ ਨੂੰ ਮਿਲਿਆ ਤਾਂ ਉਹ ਕਹਿਣ ਲੱਗੇ, ਸਿੰਗਲਾ ਸਾਹਿਬ ਕਹਿੰਦੇ ਮੇਰੇ ਕੋਲ ਤਾਂ ਕੋਈ ਪਾਵਰ ਹੀ ਨਹੀਂ, ਕਹਿੰਦੇ ਬਦਲੀ ਦੀ। ਮੈਂ ਕਿਹਾ ਵੀ ਤੈਨੂੰ ਮਿਨਿਸਟਰ ਹੋਰ ਕਾਹਦੇ ਵਾਸਤੇ ਬਣਾਇਆ ਸੀ, ਤੁਸੀਂ ਕਾਹਨੂੰ ਬੋਝ ਹੋ ਸਰਕਾਰ 'ਤੇ? ਸਰਕਾਰ 'ਤੇ ਇਹ ਬੋਝ ਨੇ, ਵਰਕਰਾਂ ਦੀ ਕੋਈ ਪੁੱਛਦਾ ਨਹੀਂ, ਵਰਕਰਾਂ ਨੂੰ ਕੋਈ ਅਫਸਰ ਨਹੀਂ ਪੁੱਛਦਾ, ਵਰਕਰਾਂ ਨੂੰ ਕੋਈ ਸਾਡੀ ਕੋਈ ਸੁਣਵਾਈ ਨਹੀਂ ਕਿਸੇ ਕਿਸਮ ਦੀ ਵਰਕਰਾਂ ਦੀ। ਵਰਕਰਾਂ ਦੀ ਤਾਂ ਲੁੱਟ ਸੁੱਟ ਹੋ ਰਹੀ ਹੈ, ਵਰਕਰਾਂ ਨੂੰ ਬਦਨਾਮ ਕੀਤਾ ਜਾ ਰਿਹਾ, ਵਰਕਰਾਂ ਨੂੰ ਹਮੇਸ਼ਾ ਹੀ ਥੱਲੇ ਦੱਬਿਆ ਜਾ ਰਿਹਾ। ਜਦੋਂ ਚੋਣਾਂ ਹੁੰਦੀਆਂ ਤਾਂ ਇਹ ਕਹਿੰਦੇ ਨੇ ਵਰਕਰ ਰੀੜ ਦੀ ਹੱਡੀ ਹੈ, ਕੋਈ ਵਰਕਰ ਰੀੜ ਦੀ ਹੱਡੀ ਨਹੀਂ, ਕੋਈ ਇਹਨੂੰ ਪੁੱਛਦਾ। ਜਦੋਂ ਸਾਡੇ ਵਰਗੇ ਬੰਦਿਆਂ ਨੂੰ ਇਹ ਲੋਕ ਪੁੱਛਦੇ ਨਹੀਂ, ਤਾਂ ਪਹਿਲਾਂ ਇਹਦਾ ਬਾਪ ਸੀ, ਇਹਦਾ ਫਾਦਰ ਸੰਤ ਰਾਮ ਸਿੰਗਲਾ, ਉਹ ਦੋ ਵਾਰੀ ਮੈਂਬਰ ਪਾਰਲੀਮੈਂਟ ਸਾਡੀ ਸੀਟ ਤੋਂ ਜਿੱਤਿਆ, ਉਹਨੇ ਨਹੀਂ ਕਿਸੇ ਨੂੰ ਪੁੱਛਿਆ। ਹੁਣ ਇਹਨੂੰ ਇੰਨੀ ਵੱਡੀ ਤਾਕਤ ਦਿੱਤੀ, ਸਿੱਖਿਆ ਮੰਤਰੀ ਵੀ ਇਹਨੂੰ ਬਣਾਤਾ, ਇਹਨੂੰ PWD ਮਹਿਕਮਾ ਵੀ ਦੇਤਾ, ਇਹ ਕਿਸੇ ਦੀ ਨਹੀਂ ਸੁਣਦਾ। ਐਡਾ ਹੰਕਾਰ ਹੋ ਰਿਹਾ ਕਿ ਵਰਕਰਾਂ ਨੂੰ ਧੱਕੇ ਮਾਰੇ ਜਾਂਦੇ ਨੇ, ਸਾਡੇ ਵਰਗੇ ਵਰਕਰਾਂ ਨੂੰ। ਜਿੱਥੇ ਵਿਜੇਂਦਰ ਸਿੰਗਲਾ ਦਾ ਕਹਿਣਾ ਕਿ ਉਹ ਕੈਬਨਿਟ ਮੰਤਰੀ ਹੋ ਕੇ ਕਿਸੇ ਦਾ ਕੰਮ ਨਹੀਂ ਕਰਵਾ ਸਕਦੇ, ਉੱਥੇ ਹੀ ਦੂਜੇ ਪਾਸੇ ਸੁਰਜੀਤ ਸਿੰਘ ਧੀਮਾਨ ਵਿਧਾਇਕ ਹੋ ਕੇ ਕਹਿ ਰਹੇ ਨੇ ਕਿ ਧੀਮਾਨ ਦੀ ਸਰਕਾਰ 'ਚ ਵੀ ਤੇ ਦਰਬਾਰ 'ਚ ਵੀ ਸੁਣੀ ਜਾ ਰਹੀ ਹੈ। ਕਾਂਗਰਸੀਆਂ ਦੀ ਜਿਹੜੀ ਸੁਣੀ ਨਹੀਂ ਜਾ ਰਹੀ, ਇਹ ਜਿਹੜੀ ਸਰਕਾਰ ਹੈ ਕਾਂਗਰਸੀਆਂ ਦੀ ਨਹੀਂ, ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਰਕਾਰ ਹੈ। ਦੇਖੋ, ਧੀਮਾਨ ਨੇ ਕਿਹਾ ਮੇਰੀ ਸੁਣੀ ਨਹੀਂ ਜਾ ਰਹੀ, ਧੀਮਾਨ ਦੀ ਸੁਣੀ ਜਾ ਰਹੀ ਹੈ। ਸਰਕਾਰੀ ਵੀ ਦਰਬਾਰੇ ਵੀ ਜ਼ਿਲ੍ਹੇ ਵੀ ਜਿੱਥੇ ਮਰਜ਼ੀ ਧੀਮਾਨ ਵਗ ਜਾਏ, ਜੈ ਜੈਕਾਰ ਹੈ। ਮੈਂ ਕਿਵੇਂ ਕਹਾਂ? ਇਹ ਜਿਹੜੇ ਕਹਿੰਦੇ ਨੇ, ਇਹ ਸਵਾਲ ਉਹਨਾਂ ਨੂੰ ਕਰ। ਹਾਲੇ ਤੱਕ ਇਸ ਸੰਬੰਧੀ ਵਿਜੇਂਦਰ ਸਿੰਗਲਾ ਦਾ ਕੋਈ ਜਵਾਬ ਸਾਹਮਣੇ ਨਹੀਂ ਆਇਆ, ਪਰ ਇਹ ਮਾਮਲਾ ਅੱਗੇ ਕੀ ਮੋੜ ਲੈਂਦਾ ਹੈ, ਇਹ ਵੇਖਣਾ ਕਾਫੀ ਦਿਲਚਸਪ ਹੋਵੇਗਾ। ਦਿੜਬਾ ਤੋਂ ਵਿਨੋਦ ਗੋਇਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।